من يلت با شرم کلا سمرتھ ڈولن تے رکھو پربھو نانک دے کر ہاتھ کرپا کرو میرا گن اب گننا وچارو کوئی ماٹی کا کیا تو پے سوامی مانس کی گپ ہی آنند گنی ندا گرو غریب نواز غریب نواز غریب نانک تینا بسنت ہے نانک تینا بسنت ہے نانک تینا بسنت ہے جن تار بسیا جن سار بسیا جن سار بسیا جن سار بسیا نانک تینا بسنت ہے نانک تینا جن کے کل دشا پوری جن کے دشا پوری جن کے جن کے کل دشا پوری جن کے کل دشا پوری اہل پیرے جلن جن کے کل دشا نانک تینا بسنت ہے نانک تینا بسنت ہے جن کار بسیا جن کار بسیا جن کار بسیا جن کار بسیا نانک تینا بسنت ہے نانک تینا نانک تینا نانک تینا بسنت ہے
बसंत है बसंत है। सलोक काम क्रोध अर लोभ मोह बिन सजाए हमें। नानक प्रभु शरणागति कर प्रसाद गुरुदेव कर प्रसाद गुरुदेव। बसंत की बार मोहल पंजवा एक ओंकार सतगुर प्रसाद। हर का नाम से आए के ओ हरियाकार धर्म गंदे पाई मेर भगवान। मन गुरु मोलिया मन मरता जिन साधु रूप जे नती सब छाए। नानक सिमरे एक नाम फिर बोड़ न ताई फिर बोड़ न ताई। हर का नाम से आए के हो हरिया पाई कर्म लिखन से पाइए इंत सुहाई। वंत इंत्र प्यो मौले अमर फल पाई मिल साधु सुखी उपजे सब शाई। नानक सिमरे एक नाम फिर बहुर ना ताई। नानक सिमरे एक नाम फिर बहुर ना सतरती पई सतरती पई हरियाली। सतरती पई हरियाली जिथे मेरा सत्य गुरु बैठा आए। जिथे मेरा सत्य गुरु बैठा सतरती हरियाली। सतरती पई हरियाली है मेरा सत गुर बैठा है मेरा सत गुर अपने ग्रह विखे सतगुर सचे पातशाह जी का प्रकाश दिहाड़ा मनाते हुए परसों रोज तो तुरकी बाणी दे अखंड जाप आरंभ करवाए। सो भोग पाए गए निरंतर तिना दिना तो जो कीर्तन का प्रवाह है कल युग में। कीर्तन प्रधाना गुरमुख जपी है लाए ध्याना। कीर्तन निर्मोलक हीरा आनंद गुणी गहीरा। सो कीर्तन की आरंभता हुई है। सो आओ मन बिरतियां नूं एकागर करिए सच करके अपना मन गुरु चरणा दे नाल जोड़ के सतगुर जी दे पवित्र चरणा विच बैठ के गुरबाणी का कीर्तन सरवण करन दा यतन करिए। क्योंकि साहिब सतगुरु श्री गुरु हर राय साहिब जी महाराज उन्हां दा पवित्र स्थान गुरुद्वारा हरियां मेला उथों के मुख सेवादार बाबा निहाल सिंह जी
ਤੇ ਗੁਰੂ ਕੀ ਸੰਗਤ ਉਹ ਵੀ ਸੰਗਤਾਂ ਵਿੱਚ ਪਹੁੰਚ ਚੁੱਕੇ ਹਨ। ਸੋ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਹੈ, ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇ ਨੀ ਬਾਣੀਆਂ ਸਿਰ ਬਾਣੀ, ਬਿਨ ਭਾਗਾ ਸਤ ਸੰਗ ਨਾ ਲੰਭੈ, ਬਿਨ ਸੰਗਤ ਮੈਲ ਭਰੀਜੈ ਜੀਉ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੁਰਤਾ ਖਾਵੈ, ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਕਿਸੇ ਜੀਵ ਦੇ ਕਿਸੇ ਮਨੁੱਖ ਦੇ ਪੂਰਵਲੇ ਕਰਮ ਜਾਗ ਪੈਂਦੇ ਹਨ ਤੇ ਗੁਰੂ ਕੀ ਸੰਗਤ ਫਿਰ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸਤਿਗੁਰ ਜੀ ਦੀ ਬਾਣੀ ਦਾ ਫੁਰਮਾਨ ਹੈ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਥਾ ਨਹੀਂ ਅੰਤ ਕਰਮ ਗਤ ਪਾਏ। ਸੋ ਆਓ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਸੱਚ ਕਰਕੇ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦਾ ਯਤਨ ਕਰੀਏ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ, ਸੋ ਲਾਗਾ ਜਿਨ੍ਹਾਂ ਤੇ ਕਿਰਪਾ ਹੋ ਜਾਵੇ, ਜਿਨ੍ਹਾਂ ਤੇ ਗੁਰੂ ਦੀ ਨਜ਼ਰ ਪੈ ਜਾਵੇ, ਜਿਨ੍ਹਾਂ ਦੇ ਪੂਰਵਲੇ ਕਰਮ ਜਾਗ ਪੈਂਦੇ ਹਨ, ਉਹ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹਨ, ਕਿਉਂਕਿ ਸੇਵਾ ਦਾ ਸਿੱਖ ਧਰਮ ਦੇ ਵਿੱਚ ਬੜਾ ਮਹੱਤਵ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣ ਹੋਮੇ ਵਿੱਚੋਂ ਜਾਏ। ਤਿੰਨ ਪ੍ਰਕਾਰ ਦੀ ਸੇਵਾ ਹੈ, ਇੱਕ ਤਨ ਦੀ ਸੇਵਾ ਹੈ, ਇੱਕ ਧਨ ਦੀ ਸੇਵਾ ਹੈ, ਇੱਕ ਮਨ ਦੀ ਸੇਵਾ ਹੈ, ਕਿਉਂਕਿ ਸਤਿਗੁਰ ਜੀ ਆਪਣੀ ਬਾਣੀ ਵਿੱਚ ਪ੍ਰਮਾਣ ਦਿੰਦੇ ਹਨ, ਜਦੋਂ ਅਸੀਂ ਤਨ ਕਰਕੇ ਸੇਵਾ ਕਰਾਂਗੇ, ਧਨ ਕਰਕੇ ਸੇਵਾ ਕਰਾਂਗੇ, ਪਰ ਜਦੋਂ ਅਸੀਂ ਮਨ ਕਰਕੇ ਸੇਵਾ ਕਰਾਂਗੇ, ਆਪਣਾ ਜਿਹੜਾ ਮਨ ਹੈ ਗੁਰੂ ਦੇ ਚਰਨਾਂ ਵਿੱਚ ਭੇਟਾ ਕਰ ਦੇਵਾਂਗੇ, ਤੇ ਗੁਰੂ ਕੀ ਸੰਗਤ ਫਿਰ ਸਤਿਗੁਰ ਜੀ ਪ੍ਰਮਾਣ ਦਿੰਦੇ ਹਨ, ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਜਦੋਂ ਅਸੀਂ ਆਪਣਾ ਮਨ ਸਤਿਗੁਰ ਜੀ ਦੇ ਚਰਨਾਂ ਵਿੱਚ ਭੇਟਾ ਕਰ ਦੇਵਾਂਗੇ, ਆਪਣਾ ਮਨ ਗੁਰੂ ਨੂੰ ਵੇਚ ਦੇਵਾਂਗੇ, ਤੇ ਗੁਰੂ ਕੀ ਸੰਗਤ ਫਿਰ ਲੋਕ ਪਰਲੋਕ ਦੇ ਸੁੱਖ ਸਾਡੀ ਝੋਲੀ ਵਿੱਚ ਪੈ ਜਾਣਗੇ। ਸੋ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਸ਼ਬਦ ਸਰਵਣ ਕਰੀਏ। ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ, ਸੋ ਲਾਗਾ ਸੇਵ। ਸੋ ਆਓ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੇ ਦੁਆਰਾ ਕਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ। ਸੋ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨ ਦਾ ਯਤਨ ਕਰੀਏ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ
सतगुर से Yeah.
ਉਹ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਦਾਤਾ ਹੈ, ਇੱਕ ਦਾਤਾ ਸਭ ਮੰਗਤੇ, ਇੱਕੋ ਦੇਵਨਹਾਰ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ, ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਿਤ ਪਾਲੋ, ਹਮ ਬਾਰਕ ਤੁਮਰੇ ਧਾਰੇ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਕੁਲ ਕਾਇਨਾਤ ਦਾ ਮਾਲਕ ਹੈ, ਸਾਰਿਆਂ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਮਿਧਾਤਾ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਲਯੁਗੀ ਦੀਵਾਂ ਨੂੰ ਸਮਝਾਉਣਾ ਕਰਦੇ ਹਨ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਸਤਿਗੁਰ ਮੇਰਾ ਸਰ ਪ੍ਰਤ ਪਾਲੈ, ਸਤਿਗੁਰ ਮੇਰਾ ਮਾਰ ਜੀਵਾਲੈ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈ। ਕਿਉਂਕਿ ਗੁਰੂ ਦੇ ਜਿਹੜੇ ਗੁਣ ਹਨ, ਗੁਰੂ ਦੀ ਜਿਹੜੀ ਮਹਿਮਾ ਹੈ, ਗੁਰੂ ਦੀ ਜਿਹੜੀ ਕਥਾ ਹੈ, ਉਹ ਕਥੀ ਨਹੀਂ ਜਾ ਸਕਦੀ। ਕਿਉਂਕਿ ਸਤਿਗੁਰ ਜੀ ਦੀ ਬਾਣੀ ਦਾ ਫੁਰਮਾਨ ਹੈ, ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ, ਜੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਈ ਜਾਵੇ। ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ, ਧਰਤੀ ਤੇ ਜਿੰਨੇ ਵੀ ਦਰਖਤ ਹਨ,
ਉਹਨਾਂ ਦੀਆਂ ਕਲਮਾਂ ਬਣਾ ਲਈਆਂ ਜਾਣ। ਵਸੁੰਧਾ ਕਾਗਜ਼ ਜੋ ਕਰੋ, ਜਿੰਨੀ ਧਰਤੀ ਹੈ ਧਰਤੀ ਦਾ ਕਾਗਜ਼ ਬਣਾ ਲਿਆ ਜਾਵੇ, ਫਿਰ ਵੀ ਜੇ ਅਸੀਂ ਗੁਰੂ ਦੇ ਗੁਣਾਂ ਨੂੰ ਲਿਖਣ ਦਾ ਯਤਨ ਕਰੀਏ ਤੇ ਗੁਰੂ ਕੀ ਸੰਗਤ ਸਤਿਗੁਰ ਜੀ ਪ੍ਰਮਾਣ ਦਿੰਦੇ ਹਨ, ਸਤ ਸਮੁੰਦੈ ਮਸ ਕਰੋ ਕਲਮ ਕਰੋ ਮਨ ਰਾਏ, ਵਸੁੰਧਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਜਿਹੜਾ ਹਰੀ ਦਾ ਜਸ ਹੈ, ਪਰਮੇਸ਼ਰ ਦੀ ਜਿਹੜੀ ਮਹਿਮਾ ਹੈ, ਗੁਰੂ ਦੀ ਜਿਹੜੀ ਕਥਾ ਹੈ, ਉਹ ਕਥੀ ਨਹੀਂ ਜਾ ਸਕਦੀ, ਉਹ ਬੇਅੰਤ ਹੈ। ਤੂੰ ਬੇਅੰਤ ਕੋ ਬਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ, ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਸੋ ਆਓ ਗੁਰੂ ਕੀ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਧਰੀਏ, ਕਿਉਂਕਿ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ, ਗੁਰੂ ਕੀਆਂ ਲਾਡਲੀਆਂ ਫੌਜਾਂ ਤੇ ਗੁਰੂ ਕੀ ਸੰਗਤ ਸਤਿਗੁਰ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਉਹ ਵੀ ਜੁੜ ਬੈਠੇ ਹਨ, ਆਪ ਵੀ ਜੁੜ ਬੈਠੇ ਹੋ। ਸੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਕੁੱਝ ਸਮੇਂ ਦੇ ਵਾਸਤੇ। ਧੰਨ ਗੁਰੂ ਕਲਗੀਧਰ ਮਹਾਰਾਜ ਅੰਮ੍ਰਿਤ ਕੇ ਦਾਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ, ਜਿਨ੍ਹਾਂ ਨੇ ਗੁਰੂ ਕੀ ਸੰਗਤ ਸਿੱਖੀ ਸਿਦਕ ਨੂੰ ਬਚਾਉਣ ਦੇ ਵਾਸਤੇ, ਧਰਮ ਨੂੰ ਬਚਾਉਣ ਦੇ ਵਾਸਤੇ, ਕਿਉਂਕਿ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਫਿਰ ਪੰਜਾਂ ਪਿਆਰਿਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਾਈ ਦਇਆ ਸਿੰਘ ਜੀ ਕਿਰਪਾ ਕਰੋ, ਮੈਨੂੰ ਵੀ ਦਇਆ ਸਿੰਘ ਤੋਂ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਉਣਾ ਕਰੋ। ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਜਦੋਂ ਤੁਸੀਂ ਸਾਨੂੰ ਇਹ ਦਾਤ ਦਿੱਤੀ ਹੈ, ਇੱਕ ਇੱਕ ਸਿਰ ਦੀ ਮੰਗ ਕੀਤੀ ਹੈ, ਤੇ ਜੇ ਤੁਸੀਂ ਇਹ ਦਾਤ ਲੈਣੀ ਹੈ ਤੁਹਾਨੂੰ ਕੋਈ ਭੇਟਾ ਦੇਣੀ ਪਵੇਗੀ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸਤਿਗੁਰ ਜੀ ਨੇ ਵਚਨ ਕੀਤਾ, ਕਹਿਣ ਲੱਗੇ ਭਾਈ ਦਇਆ ਸਿੰਘ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦਾ ਤਿਲਕ ਜੰਜੂ ਨੂੰ ਬਚਾਉਣ ਦੇ ਵਾਸਤੇ, ਹਿੰਦੂ ਧਰਮ ਨੂੰ ਬਚਾਉਣ ਦੇ ਵਾਸਤੇ ਮੈਂ ਬਲਿਦਾਨ ਦਿੱਤਾ ਹੈ, ਜਦੋਂ ਵੀ ਮੇਰੇ ਪੰਥ ਨੂੰ, ਮੇਰੇ ਧਰਮ ਨੂੰ, ਮੇਰੇ ਪਰਿਵਾਰ ਦੀ ਲੋੜ ਮਹਿਸੂਸ ਹੋਵੇਗੀ, ਮੈਂ ਆਪਣਾ ਸਾਰਾ ਪਰਿਵਾਰ, ਸਾਰਾ ਸਰਬੰਸ ਦੇਸ਼ ਕੌਮ ਤੋਂ ਕੁਰਬਾਨ ਕਰ ਦੇਵਾਂਗਾ। ਫਿਰ ਗੁਰੂ ਕੀ ਸੰਗਤ ਸਮਾਂ ਆਇਆ, ਗੁਰੂ ਕਲਗੀਧਰ ਮਹਾਰਾਜ ਜੀ ਨੇ ਸਿੱਖੀ ਸਿਦਕ ਨੂੰ ਬਚਾਉਣ ਦੇ ਵਾਸਤੇ, ਧਰਮ ਨੂੰ ਬਚਾਉਣ ਦੇ ਵਾਸਤੇ, ਸਾਨੂੰ ਸਰਦਾਰੀਆਂ ਦੇਣ ਦੇ ਵਾਸਤੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ, ਸਾਨੂੰ ਬਚਾਉਣ ਦੇ ਵਾਸਤੇ ਧੰਨ ਗੁਰੂ ਕਲਗੀਧਰ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਉਹਨਾਂ ਨੂੰ ਸ਼ਹੀਦ ਕਰਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਨੂੰ ਛੱਡ ਕੇ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਹਨ, ਤੇ ਗੁਰੂ ਕੀ ਸੰਗਤ ਅੱਜ ਗੁਰੂ ਕਲਗੀਧਰ ਮਹਾਰਾਜ, ਗੁਰੂ ਕੀ ਸੰਗਤ ਮਹਿਲਾਂ ਦੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਗਰੀਬ ਬਣ ਕੇ, ਅੱਜ ਸਾਧੂ ਬਣ ਕੇ, ਅੱਜ ਸੰਤ ਬਣ ਕੇ ਗੁਰੂ ਕੀ ਸੰਗਤ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਢੀਮ ਦਾ ਸਰਾਣਾ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਾਮਾ ਲੀਰੋ ਲੀਰ ਹੈ, ਪੈਰਾਂ ਵਿੱਚ ਛਾਲੇ ਪਏ ਹੋਏ ਹਨ, ਤੇ ਧੰਨ ਗੁਰੂ ਕਲਗੀਧਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਸ ਮਾਲਕ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਜੋ ਸ਼ਬਦ ਉਚਾਰਨ ਕਰਦੇ ਹਨ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਮਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੋ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਸ਼ਬਦ ਧੰਨ ਗੁਰੂ ਕਲਗੀਧਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਸ ਮਾਲਕ ਦੇ ਚਰਨਾਂ ਵਿੱਚ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਸੋ ਸਿੱਖ ਸਖਾ ਬੰਧਕ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿੱਥੇ ਸਤਿਗੁਰ ਜੀ ਨੇ ਸਾਨੂੰ ਸਿੱਖਾਂ ਨੂੰ ਭਾਣਾ ਮੰਨਣ ਦੀ ਜਾਂਚ ਦੱਸੀ ਹੈ, ਉੱਥੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ
उस मालक के चरणों में जो बेनती भरिया शब्द उच्चारण करते हैं बड़े प्यार सत्कार के नाल सरवण करन दा जतन करिए। मित्र प्यारे नू प्यारे नू हाल मुरीदां दा कहना हाल मुरीदां दा कहना मित्र Thank you.
ਖਾਤਰ ਤਿੰਨ ਪੁੱਤਰ ਸੀਸ ਪਰ ਬਾਰ ਦੀਏ ਸੁਤ ਚਾਰ
चार मुए तो क्या पे आ जीवत कई हजार सानू सरदारियां देन दे वास्ते सानू सिखी देन वास्ते धन गुरु सच्चे पातशाह महाराज जी ने अपना सारा परिवार कुर्बान करना कीता सवाओ गुरु की संगत खंडे वाटे दी पौल प्राप्त करके पंजा ककारां दे धारनी बन के सतगुर जी का जो हुक्म है आगे आ भई अकाल की तब चलायो पंथ सब सीखन को हुक्म है गुरु मान्यो ग्रंथ सो आओ छोटी जी कविता पढ़ के ते संत बाबा निहाल सिंह जी आप जी दे नाल गुरु हरराय साहिब महाराज जी दा जो जीवन है वो सांझा करनगे सो आओ ये छोटी जी कविता पढ़ के दास खिमा दे जाच होणगे बड़े प्यार सत्कार दे नाल सरवण करन दा जतन करन कल की तार दशमेश पिता दे कल की तार दशमेश पिता दे दुनिया में बिच होया ना चार पुत्र होने वक्त न तुम्हारे चार पुत्र होने वक्त न तुम्हारे एक दीदार Oh.
ਸਾਨੂੰ ਸਰਦਾਰੀਆਂ ਦੇਣ ਦੇ ਵਾਸਤੇ, ਸਿੱਖੀ ਸਿੱਖ ਨੂੰ ਬਚਾਉਣ ਦੇ ਵਾਸਤੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰਾ ਸਰਬੰਸ ਸਾਰਾ ਪਰਿਵਾਰ ਕੁਰਬਾਨ ਕਰਨਾ ਕੀਤਾ। ਸੋ ਆਓ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਬ੍ਰਹਮਾ ਭਰਮਾ ਕਰਮ ਕਾਂਡਾਂ ਪਖੰਡਾਂ ਦਾ ਤਿਆਗ ਕਰਕੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਪੰਜਾਂ ਕਕਾਰਾਂ ਦੇ ਧਾਰਨੀ ਬਣ ਕੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰੀਏ ਜੀ। ਸੋ ਆਓ ਇੰਤਨੀ ਕੇ ਸੇਵਾ ਪ੍ਰਵਾਨ ਕਰਨੀ ਕੀਰਤਨ ਕਰਦਿਆਂ ਸੇਵਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੁੱਟੀਆਂ ਰਹਿ ਜਾਂਦੀਆਂ ਜਾਣ ਬੱਚੇ ਸਮਝ ਕੇ ਮਾਫ ਕਰਨਾ ਸਾਰੀ ਸੰਗਤ ਦਾ ਧੰਨਵਾਦ ਹੈ। ਭਾਈ ਤੀਰਥ ਸਿੰਘ ਜੀ ਜਿਨ੍ਹਾਂ ਨੇ ਦਾਸਾਂ ਨੂੰ ਸੰਬੋਧਨ ਕੀਤਾ ਸੀ ਤੋਂ ਆਪ ਸੰਗਤਾਂ ਦੀ ਸੇਵਾ ਕੀਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੋ ਮੇਰੇ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ। ਸੋ ਮੇਰੇ ਸਤਿਕਾਰਯੋਗ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਮੇਲਾਂ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪਿਆਰ ਭਾਵਨਾ ਦੇ ਨਾਲ ਸਤਿਗੁਰ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਆਪ ਜੀ ਹੁਣ ਆਪ ਜੀ ਨੂੰ ਬਾਬਾ ਨਿਹਾਲ ਸਿੰਘ ਜੀ ਗੁਰਮਤਿ ਵਿਚਾਰਾਂ ਦੇ ਨਾਲ ਜੋੜਨਗੇ। ਸੋ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਦੇ ਅਮੁੱਲਕ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ ਜੀ। ਸੋ ਦਾਸ ਵੱਲੋਂ ਸਮਾਪਤੀ ਹੈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।